ਨਾਲ ਵਕਤ ਦੇਣਾ ਚਾਹੀਦਾ ਅਗਰ ਅੰਕਲਨ ਹੋਣਾ ਚਾਹੀਦਾ ਲੇਕਿਨ ਜੇ ਜਾਨ ਮਾਲ ਦੇ ਉੱਤੇ ਆ ਜੇ ਜੇ ਇਨਸਾਨ ਦੇ ਸਵਾਸ ਹੀ ਮਹਿਫੂਜ਼ ਨਾ ਰਹਿਣ ਔਰ ਉਹਦਾ ਬਿਜ਼ਨਸ ਉਹਦਾ ਵਪਾਰ ਉਹਦੇ 'ਤੇ ਹੀ ਖਤਰਾ ਆ ਜੇ ਤੇ ਫਿਰ ਸਰਕਾਰ ਦਾ ਨਾ ਕੋਈ ਵਜੂਦ ਹੈ ਤੇ ਨਾ ਕੋਈ ਵਕਾਰ ਹੈ ਫਿਰ ਕਿਸੇ ਅੰਕਲਨ ਦੀ ਲੋੜ ਨਹੀਂ ਜੇ ਜਾਨ ਮਾਲ ਮਹਿਫੂਜ਼ ਨਹੀਂ ਤੇ ਸਰਕਾਰ ਜ਼ੀਰੋ ਹੈ ਇੱਕ ਮਿੰਟ ਯਾਰ ਇੱਕ ਮਿੰਟ ਰੁਕੇਗਾ ਜਾਂ ਤਾਂ ਮੈਨੂੰ ਬੋਲਣ ਦੇ ਜਾਂ ਤੂੰ ਬੋਲ ਸਭ ਤੋਂ ਅਹਿਮ ਅਗਰ ਕੋਈ ਮੁੱਦਾ ਹੈ ਸਭ ਤੋਂ ਟੋਪ ਪ੍ਰਾਇਰਟੀ ਮੁੱਦਾ ਹੈ ਉਹ ਹੈ ਅਮਨ ਅਮਾਨ ਜਿੱਥੇ ਅਮਨ ਅਮਾਨ ਹੈ ਉੱਥੇ ਪ੍ਰੋਸਪੈਰਿਟੀ ਹੈ ਪੀਸ ਹੈ ਜਾਨ ਮਾਲ ਨੂੰ ਕੋਈ ਖਤਰਾ ਨਹੀਂ ਵਪਾਰ ਚੱਲਦਾ ਸ਼ਹਿਰ ਵਪਾਰ ਚਾਹੁੰਦਾ ਹੈ ਸ਼ਹਿਰ ਗਾਹਕ ਚਾਹੁੰਦਾ ਹੈ ਸ਼ਹਿਰ ਆਪਣੀ ਜਾਨ ਮਾਲ ਮਹਿਫੂਜ਼ ਚਾਹੁੰਦਾ ਲੇਕਿਨ ਅੱਜ ਇਹ ਹਾਲ ਹੋ ਗਿਆ ਕਿ ਕੋਈ ਖੇਡਣ ਵੀ ਜਾਂਦਾ ਹੈ ਤੇ ਉੱਥੇ ਵੱਢ ਟੁੱਕ ਹੋ ਜਾਂਦੀ ਉਹਦੇ ਨਾਲ ਉੱਥੇ ਮਾਰ ਦਿੱਤਾ ਜਾਂਦਾ ਸੜਕ 'ਤੇ ਤੁਰਿਆ ਜਾਂਦਾ ਉੱਥੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਅੱਜ ਵੱਲੇ ਮੰਡੀ ਸਵੇਰੇ 4 ਵਜੇ ਜਿਹੜੇ ਬੰਦੇ ਆ ਕੇ ਆਪਣਾ ਸਮਾਨ ਰੱਖਦੇ ਆ ਉੱਥੇ ਕਿਰਪਾਨਾ ਚੱਲ ਗਈ ਹਰ ਰੋਜ਼ 2-3 ਘਟਨਾਵਾਂ ਕਬੱਡੀ ਜੇਲ੍ਹਾਂ 'ਚੋਂ ਚੱਲ ਰਹੀ ਹੈ ਗੱਲ ਨੂੰ ਸਮਝੋ ਇਸ ਕਰਕੇ ਸਭ ਤੋਂ ਵੱਡੀ ਜਿਹੜੀ ਅਹਿਮੀਅਤ ਹੈ ਉਹੀ ਅਸਤ ਵਿਅਸਤ ਹੋਈ ਪਈ ਹੈ ਤੇ ਇਸ ਗੱਲ ਦੇ ਉੱਤੇ ਕੋਈ ਵਾਦ ਵਿਵਾਦ ਨਹੀਂ ਹੋਣਾ ਚਾਹੀਦਾ ਕਿ ਟੋਪ ਪ੍ਰਾਇਰਟੀ ਹੈ ਔਰ ਪਹਿਲਾਂ ਅਮਨ ਅਮਾਨ ਕਾਇਮ ਕਰੋ ਕਿਉਂਕਿ ਇਹ ਬਾਰਡਰ ਸਟੇਟ ਹੈ ਇਹ ਬੜਾ ਸੈਂਸਿਟਿਵ ਸਟੇਟ ਹੈ ਤੁਸੀਂ ਕਿਹੜੇ ਪਾਸੇ ਧੱਕ ਰਹੇ ਹੋ ਪੰਜਾਬ ਨੂੰ ਤੁਸੀਂ ਕਿਹੜੇ ਬੀਜ ਬੋ ਰਹੇ ਹੋ ਜਿਹੜੇ ਪੁੰਗਰ ਕੇ ਸਾਨੂੰ ਕਿੱਥੇ ਲਿਜਾਣਗੇ ਸਾਨੂੰ ਮੁਹਤਾਜ ਬਣਾ ਦੇਣ ਮੈਂ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਪਰ ਬੀਜ ਬੋਈ ਤੁਰੀ ਜਾਂਦੇ ਜੋ ਇਹ ਹਾਲ ਮੈਂ ਦੇਖਿਆ ਮੈਂ ਅੱਜ ਤੱਕ ਨਹੀਂ ਦੇਖਿਆ ਜਦ ਵੀ ਮੈਂ ਪੋਲੀਟਿਕਸ ਦੇ ਵਿੱਚ ਹੋਸ਼ ਸੰਭਾਲੀ ਹੈ ਨੰਬਰ 2 ਤੁਸੀਂ ਇੰਨੀਆਂ ਆਸਾਂ ਉਮੀਦਾਂ ਜਗਾਈਆਂ ਹੀ ਕਿਉਂ ਕਿ ਸੱਤਾ ਹਾਸਲ ਕਰਨ ਲਈ ਜਾਂ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਸਮਝੇ ਨਹੀਂ ਮੈਂ ਉਹਨਾਂ ਚੀਜ਼ਾਂ 'ਤੇ ਅੱਜ ਵੀ ਖੜਾ 6 ਮਹੀਨੇ ਪਹਿਲਾਂ ਮੈਂ ਕਿਹਾ ਸੀਗਾ ਕਿ ਪਬਲਿਕ ਇੰਟਰਸਟ ਦੇ ਵਿੱਚ ਟੈਰਿਫ ਆਰਡਰ ਹੋਵੇ ਰੈਗੂਲੇਟਰੀ ਅਥਾਰਟੀ ਨੂੰ ਟੈਰਿਫ ਆਰਡਰ ਪਬਲਿਕ ਇੰਟਰਸਟ ਦੇ ਵਿੱਚ ਅਤੇ ਉਹਨਾਂ ਦੀ ਮਜਬੂਰੀ ਉਹਨਾਂ ਨੂੰ ਕਰਨਾ ਪਊ ਠੀਕ ਹੈ ਸਾਡੀ ਸਰਕਾਰ ਚੰਨੀ ਸਰਕਾਰ ਜਦੋਂ ਚੀਫ ਮਿਨਿਸਟਰ ਬਦਲਿਆ ਉਹਨਾਂ ਨੇ 3 ਰੁਪਏ ਬਿਜਲੀ ਸਸਤੀ ਕਰਨ ਦਾ ਟੈਰਿਫ ਆਰਡਰ ਕੱਢਤਾ ਬਿਜਲੀ 3 ਰੁਪਏ ਸਸਤੀ ਹੋ ਅੱਜ ਉਹੀ ਪੁਰਾਣੇ ਰੈਗੂਲੇਟਰੀ ਅਥਾਰਟੀ ਦੇ ਰੇਟ ਅਗਲੇ ਅਪ੍ਰੈਲ ਤੱਕ ਲਾ ਦੇ ਅਗਲੇ ਅਪ੍ਰੈਲ ਤੱਕ ਕਿਹੜੀ 300 ਯੂਨਿਟ ਬੋਰਡ ਕਹਿੰਦਾ 24,000 ਕਰੋੜ ਰੁਪਇਆ ਤੁਹਾਡੀ ਸਰਕਾਰ ਦੀ ਦੇਣਦਾਰੀ ਹੈ ਅਤੇ 17,000 ਕਰੋੜ ਰੁਪਇਆ ਕਰਜ਼ੇ ਲਿੱਤੇ ਹੋਏ ਕਰਜ਼ੇ ਲਿੱਤੇ ਹੋਏ ਇਹ ਨਹੀਂ ਹੋਣਾ ਅਤੇ ਕਿੱਥੇ ਗਈ ਤੁਹਾਡੀ ਗਰੰਟੀ 24 ਦਿਨਾਂ ਦੇ ਵਿੱਚ ਇਨਸਾਫ ਦੇ ਦੇਣ ਕਿੱਥੇ ਗਈ ਤੁਹਾਡੀ ਗਰੰਟੀ ਕੀੜੀ ਰੇਤਾ ਜਦੋਂ ਮੈਂ ਉਦੋਂ ਸਵਾਲ ਕਰਦਾ ਹੁੰਦਾ ਸਰਕਾਰ ਨੂੰ ਮਾਫੀਆ ਦੇ ਖਿਲਾਫ ਲੜਦਾ ਹੁੰਦਾ ਅਤੇ ਮੈਂ ਕਹਿੰਦਾ ਹੁੰਦਾ ਵੀ ਅੱਜ 4,000 ਹੈ ਇਹ ਫਰੀ ਫਰੂ ਨਹੀਂ ਹੈ ਕਿਉਂਕਿ ਠੇਕੇਦਾਰੀ ਸਿਸਟਮ ਚੱਲਦਾ ਠੇਕੇਦਾਰੀ ਨਾਲ ਇਹ ਠੀਕ ਨਹੀਂ ਹੋਣਾ ਸਮਝਦੇ ਹੋ ਅਤੇ ਅੱਜ ਉਦੋਂ ਸੀ ਜਿੰਨਾ ਅੱਜ ਡਬਲ ਤੋਂ ਉੱਤੇ ਹੈ ਅੱਜ ਟਰਾਲੀ ਕੀੜੀ ਰੇਤੇ ਵਾਲੀ 9,000 ਤੋਂ 12,000 ਰੁਪਈਏ ਕਿਉਂਕਿ ਸਪਲਾਈ ਹੈ ਨਹੀਂ ਮਿਲਦਾ ਨਹੀਂ ਜਿੰਨੇ ਮਰਜ਼ੀ ਵੇਚਦੇ ਫਿਰ ਤੁਸੀਂ ਐਲਾਨ ਦੈੜ ਦੈੜ ਐਲਾਨ ਕਰਤੇ ਭਾਈ ਰੁਕ ਜਾਓ ਪਹਿਲਾਂ ਲਾਅ ਐਂਡ ਆਰਡਰ ਦੇਖ ਲਓ ਪਰ ਗੁਜਰਾਤ ਠਹਿਰ ਨਾ ਯਾਰ ਪੰਜਾਬ ਮਾਡਲ ਦੀ ਗੱਲ ਕਰ ਠਹਿਰ ਨਾ ਯਾਰ ਤੂੰ ਰੁਕ ਤੁਸੀਂ ਐਲਾਨ ਕਰਤੇ ਦੱਸੋ ਕਿਹੜੀ ਚੀਜ਼ ਦੀ ਨੋਟੀਫਿਕੇਸ਼ਨ ਹੋਈ ਜੇ ਸਕੂਲਾਂ ਦੀ ਕੋਈ ਐਲਾਨ ਕਰਨਾ ਹੈ ਤੇ ਐਕਟ ਨੂੰ ਛੇੜਨਾ ਐਕਟ 'ਚ ਅਮੈਂਡਮੈਂਟ ਕਰਨਾ ਐਵੇਂ ਐਲਾਨ ਕਰਨਾ ਗੱਲਾਂ ਕਰਨਾ ਸਮਝਦੇ ਹੋ 22-23 ਤਾਂ ਕਤਲ ਹੋ ਗਏ 2-3 ਤਾਂ ਅਨਰਿਪੋਰਟਡ ਨੇ ਜਦੋਂ ਮੈਂ ਗੁਰਦਾਸਪੁਰ ਗਿਆ ਸੀ ਇੱਕ ਮੁੰਡਾ ਪੱਥਰਾਂ ਨਾਲ ਬੰਨ੍ਹ ਕੇ ਥੱਲੇ ਸੁੱਟਤਾ ਸੀ ਠੀਕ ਹੈ ਦੱਸੋ ਪੰਜਾਬ ਦਾ ਮੁੱਖ ਮੰਤਰੀ ਹਿਮਾਚਲ ਦੀਆਂ ਠੰਡੀਆਂ ਹਵਾਵਾਂ 'ਚੋਂ ਨਿਕਲ ਕੇ ਕਿਸੇ ਇੱਕ ਦੇ ਘਰ ਗਿਆ ਹੋਵੇ ਆਹ ਗਲਤ ਰਿਪੋਰਟਿੰਗ ਹੋਈ ਗਈ ਹੈ ਇੱਥੇ ਕਹਿੰਦੇ ਜੀ ਵਾਲੀਬਾਲ ਪਲੇਅਰ ਹੈ ਮੁੰਡਾ ਵਿਚਾਰਾ ਹੈਂਡੀਕੈਪਟ ਉਹਦੇ ਘਰੋਂ ਨਿਕਲ ਰਿਹਾ ਕਬਾੜ 'ਚੋਂ ਤਾੜ ਗੋਲੀ ਇੱਕ ਥਾਂ 'ਤੇ ਗਿਆ ਹੋਵੇ ਇਹ ਕੋਈ ਚੁਟਕਲਿਆਂ ਨਾਲ ਥੋੜ੍ਹਾ ਚੱਲਣੀ ਸਰਕਾਰ ਹੈਂ ਇੱਧਰ ਕਰ ਉੱਧਰ ਕਰ ਹੁਣ ਚਲਾ ਸਰਕਾਰ ਅਨਾੜੀਆਂ ਦੇ ਹੱਥ ਸਰਕਾਰ ਦੇ ਦੀ ਇਲ ਕੁੱਕੜ ਪਤਾ ਨਹੀਂ
जे वो लॉ एंड ऑर्डर ही स्थापित नहीं करते लोगों की जान ही महफूज नहीं। हाँ मेरी कॉन्स्टिट्यूएंसी दे विच एक लेबरर राती आया मारता पड़ता शौक है। सिद्धू साहब पंजाब की जनता ने मंडेटरी उन्होंने फतवा दिता जी उन्होंने हक के फैसला दिता है क्या पूरी नहीं कर पाएगी। मेरी गल सुनो मैं कहना असी तो पहले दिन बधाई दी और एक्सैप्ट करके क्या थानू शुभकामनावान लेकिन अगर बंदे का जान माल ही महफूज नहीं है तो मैं दसो सरकार का वकार की है दसो ना यार मैं दस दो तुम दसो भाई देखो एक दिन के चार चार कतल फिर झूठिया खबर सब तो टॉप प्रायोरिटी तुम इनू दो दूसरी जड़िया चीज़ा तुम कही ने मैं तो तुम्हें पहले ही वक्त दिना लेकिन तुम अगले अगले अप्रैल तक जो गल अगे करी जा रहे हो हूँ तुम कह रहे हो भाई टैरिफ ऑर्डर पुराना ही होगा जी बिजली के रेट 2-3 रुपये वधा के अप्रैल अचानक की होया कि लॉ एंड ऑर्डर की स्थिति खराब हो गई अनाड़िया के हाथ सरकार।